ਮੈਂ ਬਹਾਵਲਨਗਰ ਤੋਂ ਤੁਹਾਡਾ ਸੇਵਕ ਐਨਦੀਨ ਖਾਨ ਅੱਜ ਚੌਧਰੀ ਮੁਹੰਮਦ ਅਫਜ਼ਲ ਸਾਹਿਬ ਦੇ ਸਟੂਡੀਓ 'ਚ ਬੈਠਾ। ਇਸ ਮੁਲਾਕਾਤ ਦਾ ਅਸੀਂ ਹੁਣ ਫਾਇਦਾ ਚੱਕਾਂਗੇ, ਲੇਕਿਨ ਮੈਂ ਇਸ ਤੋਂ ਪਹਿਲੇ ਤੁਹਾਨੂੰ ਉਹਨਾਂ ਦੇ ਬਾਰੇ 'ਚ ਕੁਛ ਦੱਸ ਦਿੰਦਾ। ਚੌਧਰੀ ਮੁਹੰਮਦ ਅਫਜ਼ਲ ਸਾਹਿਬ ਗੁਜ਼ਸ਼ਤਾ 50 ਵਰ੍ਹਿਆਂ ਤੋਂ ਲੋਕ ਮੂਸੀਕੀ, ਸੂਫੀਆ ਦਾ ਕਲਾਮ ਔਰ ਦੀਗਰ ਨਜ਼ਮ ਹੁਸੈਨ ਸੱਯਦ ਸਾਹਿਬ ਦਾ ਕਲਾਮ ਔਰ ਬਿਲਖਸੂਸ ਸ਼ਿਵ ਕੁਮਾਰ ਬਟਾਲਵੀ ਸਾਹਿਬ ਦਾ ਕਲਾਮ, ਜਿਹੜਾ ਕਿ ਉਹਨਾਂ ਨੇ ਕਾਫੀ ਸਾਰਾ ਖੁਦ ਕੰਪੋਜ਼ ਕੀਤੇ, ਤਕਰੀਬਨ 40 ਦੇ ਕਰੀਬ ਨਜ਼ਮਾਂ, ਗਜ਼ਲਾਂ ਅਤੇ ਗੀਤ ਉਹਨਾਂ ਦੇ ਜਿਹੜੇ ਨੇ ਉਹਨਾਂ ਨੇ ਖੁਦ ਹੀ ਕੰਪੋਜ਼ ਕੀਤੇ ਅਤੇ ਖੁਦ ਹੀ ਗਾਏ ਨੇ। ਅਤੇ ਨੀਲੀ ਬਾਰ ਦੇ ਇਸ ਫਨਕਾਰ ਦੇ ਇਸ ਤੋਂ ਪਹਿਲੇ ਵੀ ਕਈ ਪ੍ਰੋਗਰਾਮ ਮੁਖਤਲਿਫ ਵੱਡੀਆਂ ਥਾਵਾਂ 'ਤੇ ਹੋ ਚੁੱਕੇ ਨੇ, ਅਤੇ ਹੁਣ ਇਹ ਬਿਲਖਸੂਸ ਜਿਹੜਾ ਹੈ ਨਾ ਆਪਣਾ ਜਿਹੜਾ ਸਟੂਡੀਓ ਬਣਾਇਆ ਹੈ ਇਹਦੇ ਵਾਸਤੇ ਉਹ ਕੁਛ ਖਾਸ ਚੀਜ਼ਾਂ ਜਿਹੜੀਆਂ ਹਨ ਉਹ ਰਿਕਾਰਡ ਕਰਕੇ ਅਪਲੋਡ ਕਰਨਗੇ। ਸਾਡੀ ਅੱਜ ਦੀ ਇਸ ਸੰਗਤ ਦੇ ਵਿੱਚ ਗੁਲਸ਼ਨ ਲਾਲ ਦਿਲ ਸਾਹਿਬ ਜਿਹੜੇ ਹਨ ਉਹ ਵੱਡੇ ਦਮ 'ਤੇ ਹੋਣਗੇ ਅਤੇ ਚੌਧਰੀ ਅਫਜ਼ਲ ਸਾਹਿਬ ਗਾਣਗੇ। ਜੀ ਚੌਧਰੀ ਸਾਹਿਬ ਚੋਂ ਮੁੜ ਆਈਆਂ
ਗਾਵਾਂ ਮੱਝੀਆਂ ਤੇ ਗਾਵਾਂ। ਹੋ ਗਿਆ ਕਵੇਲਾ ਟਲ ਗਈਆਂ ਛਾਵਾਨੀ, ਵੇਲਿਆਂ ਚ ਮੁੜੇ ਆਈਆਂ ਮੱਝੀਆਂ ਤੇ ਗਾਵਾਂ। ਪਾਇਆ ਚਿੜੀਆਂ ਨੇ ਚੀਖ ਚਿਹਾਰਾ, ਪਾਇਆ ਚਿੜੀਆਂ ਨੇ ਚੀਖ ਚਿਹਾਰਾ, ਨੀ ਪੱਠੀ ਵਾਲੀਏ ਦੁੱਖਾਂ ਦਾ ਪਰਾਗਾ ਪੁੰਨ ਦੇ, ਪੀੜਾਂ ਦਾ ਪਰਾਗਾ ਪੁੰਨ ਦੇ ਪੱਠੀ ਵਾਲੀਏ। ਵਾਰੀ ਪੱਤਿਆਂ ਦੀ ਪੰਡ ਸਿੱਲੀ ਹੋ ਗਈ, ਮਿੱਟੀ ਦੀ ਕੜਾਈ ਤੇਰੀ ਕਾਨੂੰ ਪਿੱਲੀ ਹੋ ਗਈ। ਮੇਰੀ ਵਾਰੀ ਪੱਤਿਆਂ ਦੀ ਪੰਡ ਸਿੱਲੀ ਹੋ ਗਈ, ਮਿੱਟੀ ਦੀ ਕੜਾਈ ਤੇਰੀ ਕਾਨੂੰ ਪਿੱਲੀ ਹੋ ਗਈ। ਤੇਰੇ ਸੇਕ ਨੂੰ ਕੀ ਵਜੇ ਆ ਦੁਬਾਰਾ, ਤੇਰੇ ਸੇਕ ਨੂੰ ਕੀ ਵਜੇ ਆ ਦੁਬਾਰਾ, ਨੀ ਪੱਠੀ ਵਾਲੀਏ ਦੁੱਖਾਂ ਦਾ ਪਰਾਗਾ ਪੁੰਨ ਦੇ, ਪੀੜਾਂ ਦਾ ਪਰਾਗਾ ਪੁੰਨ ਦੇ ਪੱਠੀ ਵਾਲੀਏ। ਛੇਤੀ ਛੇਤੀ ਕਰੀ ਮੈਂ ਤੇ ਜਾਣਾ ਬੜੀ ਦੂਰ ਨੀ, ਜਿੱਥੇ ਟੁਰ ਗਿਆ ਮੇਰੇ ਪਾਣੀਆਂ ਦਾ ਪੂਰ ਨੀ। ਛੇਤੀ ਛੇਤੀ ਕਰੀ ਮੈਂ ਤੇ ਜਾਣਾ ਬੜੀ ਦੂਰ ਨੀ, ਜਿੱਥੇ ਟੁਰ ਗਿਆ ਮੇਰੇ ਪਾਣੀਆਂ ਦਾ ਪੂਰ ਨੀ। ਉਸ ਪਿੰਡ ਦਾ ਸੁਣੀਂਦਾ ਏ ਰਾ ਮਾੜਾ, ਉਸ ਪਿੰਡ ਦਾ ਸੁਣੀਂਦਾ ਏ ਰਾ ਮਾੜਾ, ਨੀ ਪੱਠੀ ਵਾਲੀਏ ਦੁੱਖਾਂ ਦਾ ਪਰਾਗਾ ਪੁੰਨ ਦੇ, ਪੀੜਾਂ ਦਾ ਪਰਾਗਾ ਪੁੰਨ ਦੇ ਪੱਠੀ ਵਾਲੀਏ। ਸੌ ਗਈਆਂ ਹਵਾਵਾਂ ਰੋ ਰੋ ਕਰ ਵਰ ਲਾਪਨੀ, ਤਾਰਿਆਂ ਨੂੰ ਚੜ ਗਿਆ ਮਿੱਠਾ ਮਿੱਠਾ ਤਾਪ,
ਸੌ ਗਈਆਂ ਹਵਾਵਾਂ ਰੋ ਰੋ ਕਰ ਵਰਲਾਪਨੀ ਤਾਰਿਆਂ ਨੂੰ ਚੜ ਗਿਆ ਮਿੱਠਾ ਮਿੱਠਾ ਤਾਪਨੀ ਜੰਝ ਸਾਵਾਂ ਦੀ ਦਰਸ ਗਿਆ ਲਾੜਾ ਜੰਝ ਸਾਵਾਂ ਦੀ ਦਰਸ ਗਿਆ ਲਾੜਾ ਨੀ ਪੱਠੀ ਵਾਲੀਏ ਦੁੱਖਾਂ ਦਾ ਪਰਾਗਾ ਪੁੰਨ ਦੇ ਪੀੜਾਂ ਦਾ ਪਰਾਗਾ ਪੁੰਨ ਦੇ ਦੁੱਖਾਂ ਦਾ ਪਰਾਗਾ ਪੁੰਨ ਦੇ ਪੀੜਾਂ ਦਾ ਪਰਾਗਾ ਪੁੰਨ ਦੇ ਪੱਠੀ ਵਾਲੀਏ।